ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਦੀਨਾਨਗਰ ਤੋਂ ਦਿੱਲੀ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ। ਦੀਨਾਨਗਰ ਤੋਂ ਸਿੱਧੀ ਦਿੱਲੀ ਲਈ ਬੱਸ ਚੱਲਣ ਤੇ ਇਲਾਕਾ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ। ਦੀਨਾਨਗਰ ਹਲਕੇ ਦੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਕਾਰਨ ਹਲਕੇ ਦੇ ਲੋਕਾਂ ਨੇ ਬੱਸ ਚੱਲਣ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਧੰਨਵਾਦ ਕੀਤਾ ਅਤੇ ਖੁਸ਼ੀ 'ਚ ਲੱਡੂ ਵੀ ਵੰਡੇ। ਇਸ ਮੌਕੇ ਤੇ ਅਰੁਣਾ ਚੌਧਰੀ ਨੇ ਕਿਹਾ ਕਿ ਅਸੀਂ ਦੀਨਾਨਗਰ ਤੋਂ 2 ਨਵੀਆਂ ਵਾਲਵੋ ਬੱਸਾਂ ਦਿੱਲੀ ਲਈ ਚਲਾ ਰਹੇ ਹਾਂ, ਜੋ ਕਿ ਬਹੁਤ ਹੀ ਆਰਾਮਦਾਇਕ ਹਨ ਅਤੇ ਇਸ ਦਾ ਕਿਰਾਇਆ ਵੀ ਬਾਕੀ ਬੱਸਾਂ ਨਾਲੋਂ ਘੱਟ ਹੈ। ਉਹਨਾਂ ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਇਸ ਬੱਸ ਦਾ ਕਿਰਾਇਆ ਜ਼ਿਆਦਾ ਹੋਵੇਗਾ ਤਾਂ ਉਸ ਨੂੰ ਘਟਾ ਦਿੱਤਾ ਜਾਵੇਗਾ। ਦੀਨਾਨਗਰ ਵਾਸੀਆਂ ਦੀ ਸਹੂਲਤ ਦੇ ਵਾਸਤੇ 2 ਬੱਸਾਂ ਚਲਾ ਰਹੇ ਹਾਂ, ਪਰ ਬੱਸ ਦੀਆਂ ਬੱਸਿਸ ਬੜੀਆਂ ਕੰਫਰਟੇਬਲ ਨੇ। ਇਹ ਦੀਨਾਨਗਰ ਤੋਂ ਦਿੱਲੀ ਚੱਲਣਗੀਆਂ ਔਰ 2 ਵਜੇ ਦੀਨਾਨਗਰ ਉਹਦਾ ਸਟੋਪੇਜ ਹੋਏਗਾ, ਜਿਹੜੀ ਕਿ ਰਾਤ ਨੂੰ 12 ਵਜੇ ਦਿੱਲੀ ਪਹੁੰਚੇਗੀ। ਔਰ ਇਹਦਾ ਕਿਰਾਇਆ ਜਿਹੜਾ ਹੈ ਉਹ 1230 ਰੁਪਇਆ, ਜਿਹੜਾ ਕਿ ਪ੍ਰਾਈਵੇਟ ਬੱਸਿਸ ਤੋਂ ਬਿਲਕੁਲ ਹਾਫ ਰੇਟ 'ਤੇ ਹੈ। ਦੂਸਰੀ ਬੱਸ ਅਸੀਂ 3:40 ਅਤੇ ਸ਼ਾਮ ਨੂੰ ਚੰਡੀਗੜ੍ਹ ਵਾਸਤੇ ਚਲਾਈਏ ਔਰ ਇਹ 8 ਵਜੇ ਰਾਤ ਨੂੰ ਸ਼ਾਮ ਨੂੰ ਚੰਡੀਗੜ੍ਹ ਪਹੁੰਚੇਗੀ ਔਰ ਉੱਥੋਂ 6:45 ਵਜੇ ਸਵੇਰੇ ਦੀਨਾਨਗਰ ਵਾਸਤੇ ਰਵਾਨਾ ਹੋਏਗੀ। ਅਤੇ ਇੱਥੋਂ ਕਾਫੀ ਧਾਰਮਿਕ ਸਾਡਾ ਸ਼ਹਿਰ ਹੈ, ਇੱਥੋਂ ਬੱਸ ਸਿੱਧੀ ਹੀ ਹਰਿਦੁਆਰ ਦੀ ਅਸੀਂ ਲਗਾਈ ਸੀ। ਸੋ ਉਸੇ ਲੀਹ 'ਤੇ ਚੱਲਦੇ ਹੋਏ ਜੋ ਵੀ ਸਾਡੇ ਵੱਲੋਂ ਵੱਧ ਤੋਂ ਵੱਧ ਸਾਡੀ ਸਰਕਾਰ ਵੱਲੋਂ ਸਹੂਲਤ ਮਿਲ ਸਕਦੀ ਹੈ ਉਹ ਆਪਣੇ ਇਲਾਕਾ ਨਿਵਾਸੀਆਂ ਨੂੰ ਦੇਵਾਂਗੇ। ਔਰ ਇਸੇ ਤਰ੍ਹਾਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਅਸੀਂ ਕਾਫੀ ਸਾਰੀਆਂ ਵੋਲਵੋ ਬੱਸਿਸ ਚਲਾਈਆਂ ਨੇ, ਜਿਹੜੀਆਂ ਕਿ ਪਿਛਲੇ 10-12 ਸਾਲ ਤੋਂ ਕੋਈ ਵੀ ਨਵੀਂ ਬੱਸ ਜਿਹੜੀ ਹੈ ਟਰੈਕ 'ਤੇ ਨਹੀਂ ਸੀ ਆਈ। ਪਿਛਲੀ ਸਰਕਾਰ ਨੇ ਕੋਈ ਇੱਕ ਵੀ ਨਵੀਂ ਬੱਸ ਨਹੀਂ ਸੀ ਚਲਾਈ, ਲੇਕਿਨ ਹੁਣ ਸਾਡੀ ਸਰਕਾਰ ਆਉਂਦੇ ਹੀ ਅਸੀਂ 333 ਬੱਸਾਂ ਜਿਹੜੀਆਂ ਨੇ ਉਹ ਨਵੀਆਂ ਪਾਈਆਂ ਨੇ, ਜਿਹਦੇ ਵਿੱਚੋਂ 31 ਜਿਹੜੀਆਂ ਹੈ ਵੋਲਵੋ ਬੱਸਿਸ। ਵੱਡੇ ਸ਼ਹਿਰ ਜਿਵੇਂ ਹੁਸ਼ਿਆਰਪੁਰ, ਜਲੰਧਰ, ਉਹਦੇ 'ਚੋਂ ਦਿੱਲੀ ਏਅਰਪੋਰਟ ਤੋਂ ਵੀ ਅਸੀਂ ਬੱਸਾਂ ਚਲਾਈਆਂ ਨੇ, ਜਿਹੜੀਆਂ ਉੱਥੋਂ ਕਾਫੀ ਲੋਕ ਜਿਹੜੇ ਨੇ ਫੋਰਨ ਜਾਂਦੇ ਨੇ, ਅਬਰੋਡ ਜਾਂਦੇ ਨੇ। ਉੱਥੋਂ ਅਸੀਂ ਕਨੈਕਟੀਵਿਟੀ ਦਿੱਤੀ ਹੈ ਇੱਕ ਸਰਕਾਰ ਵੱਲੋਂ, ਜਿਹਦਾ ਕਿਰਾਇਆ ਹਾਫ ਰੇਟ ਹੈ ਪ੍ਰਾਈਵੇਟ ਬੱਸਿਸ ਨਾਲੋਂ। ਸੋ ਸਾਡਾ ਇਹ ਮੰਸ਼ਾ ਹੈ ਸਾਡੀ ਸਰਕਾਰ ਦੀ ਕਿ ਅਸੀਂ ਵੱਧ ਤੋਂ ਵੱਧ ਸਹੂਲਤ ਜਿਹੜੀ ਹੈ ਸਰਕਾਰੀ ਰੇਟ 'ਤੇ ਲੋਕਾਂ ਨੂੰ ਕਨੈਕਟੀਵਿਟੀ ਦੇਈਏ, ਤਾਂ ਕਿ ਉਹ ਸਾਰੇ ਕਿਤੇ ਇਲਾਕਿਆਂ ਦੇ ਵਿੱਚ ਆਪਣੀ ਮਰਜ਼ੀ ਦੇ ਮੁਤਾਬਿਕ, ਆਪਣੀ ਲੋੜ ਦੇ ਮੁਤਾਬਿਕ ਘੱਟ ਤੋਂ ਘੱਟ ਕਿਰਾਇਆ ਜਿਹੜਾ ਆ ਉਹ ਲੈ ਕੇ ਉਹਨਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਾਇਆ ਜਾਵੇ। ਮੈਡਮ, ਬੜਾ ਵਧੀਆ ਉਪਰਾਲਾ ਤੁਹਾਡੇ ਵੱਲੋਂ, ਲੇਕਿਨ ਜੇ ਕਿਰਾਏ ਦੀ ਗੱਲ ਆਪਾਂ ਕਰੀਏ, ਰਾਜਧਾਨੀ ਜਾਂ ਸਿਟੀ ਵਗੈਰਾ 250 ਰੁਪਏ ਕਿਰਾਇਆ ਲੱਗਦਾ ਉਹਦਾ ਜੀ, ਇਹਦਾ ਕਿਰਾਇਆ 585 ਰੁਪਏ। ਮੈਡਮ, ਬੜੀ ਪੋਰ ਫੈਮਿਲੀ ਦਾ ਮਤਲਬ ਕੀ ਆ ਗਿਆ ਕਿ ਇਸ ਵੇਲੇ ਡੀਜ਼ਲ ਦਾ ਰੇਟ ਕਿੱਥੇ ਜਾ ਰਿਹਾ, ਡੀਜ਼ਲ ਔਰ ਪੈਟਰੋਲ ਦਾ ਰੇਟ ਕਿੱਥੇ ਜਾ ਰਿਹਾ। ਅਸੀਂ ਕਾਫੀ ਸਾਰੇ ਸੈਂਟਰੀ ਸਰਕਾਰ ਵੀ ਜਿਹੜੀ ਹੈ ਉਹਦੇ ਵਾਸਤੇ ਵੀ ਕਾਫੀ ਬਹੁਤ ਵੱਡਾ ਇੱਕ ਉਹਨਾਂ ਦਾ ਨੈਗੇਟਿਵ ਪੁਆਇੰਟ ਹੈ ਕਿ ਉਹ ਇਸ ਬਾਰੇ ਕੁਛ ਵੀ ਨਹੀਂ ਕਰ ਰਹੇ। ਸੋ ਉਹਦੇ ਮੁਤਾਬਿਕ ਹੀ ਤੁਹਾਨੂੰ ਪਤਾ ਕਿ ਅਗਰ ਅਸੀਂ ਇਹੀ ਰੇਟ ਘੱਟ ਰੇਟ ਕਰੀਏ ਤਾਂ ਸਾਡਾ ਵਾਇਬਲ ਹੀ ਨਹੀਂ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਕਿ ਘੱਟ ਤੋਂ ਘੱਟ ਰੇਟ ਤੋਂ ਲੋਕਾਂ ਨੂੰ ਇਹ ਸਹੂਲਤ ਜਿਹੜੀ ਹੈ ਮਿਲੇ ਔਰ ਬੱਸਿਸ ਦਾ ਜਿਹੜਾ ਰੇਟ ਅਸੀਂ ਕਾਫੀ ਮਿਨੀਮਮ ਰੱਖਿਆ ਤਾਂ ਕਿ ਲੋਕਾਂ ਨੂੰ ਇਹ ਸਹੂਲਤ ਜਿਹੜੀ ਹੈ ਮਿਲਦੀ ਰਹੇ। ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ।